ਰਲਕੇ ਗਿੱਦੇ ਦੇ ਵਿੱਚ ਆਈਆਂ ਸਾਰੀਆਂ ਨੜਦਾਂ ਤੇ ਪਰਜਾਈਆਂ ਪਿੜ ਵਿੱਚ ਪਾਉਂਦੀਆਂ ਪਿੰਨ ਦੁਹਾਈਆਂ ਸਭ ਨੇ ਦਿਲ ਦੀਆਂ ਰੀਝਾਂ ਲਾਈਆਂ ਤੂੰ ਐਵੇਂ ਨਾ ਲੋਕਾਂ ਤੋਂ ਸ਼ਰਮਾ ਨਿੱਕੀਏ ਨੀ ਗਿੱਧਾ ਉਹ ਗਿੱਧਾ ਉਹ ਗਿੱਧਾ ਪਾ ਨਿੱਕੀਏ ਨੀ ਮਜਾਜਾਂ ਪਿੱਟੀਏ ਉਹ ਗਿੱਧਾ ਪਾ ਨਿੱਕੀਏ ਨੀ ਮਜਾਜਾਂ ਪਿੱਟੀਏ ਜਿੰਨੀਆਂ ਆਈਆਂ ਮੰਨਿਆ ਕੇ ਤੂੰ ਸਾਰਿਆਂ ਨਾਲੋਂ ਸੋਹਣੀ ਨੀ ਸੋਹਣੀ ਨੀ ਉਹ ਇਹ ਵੀ ਸੱਚ ਹੈ ਤੇਰੇ ਵਰਗੀ ਕੁੜੀ ਹੋਰ ਕੋਈ ਹੋਣੀ ਨਹੀਂ ਹੋਣੀ ਨੀ ਉਹ ਤੂੰ ਹੈ ਗਿੱਧਿਆਂ ਦੀ ਰਾਣੀ ਦਿਖ ਲਾ ਨਿੱਕੀਏ ਨੀ ਗਿੱਧਾ ਉਹ ਗਿੱਧਾ ਉਹ ਗਿੱਧਾ ਪਾ ਨਿੱਕੀਏ ਨੀ ਮਜਾਜਾਂ ਪਿੱਟੀਏ ਉਹ ਗਿੱਧਾ ਪਾ ਨਿੱਕੀਏ ਨੀ ਮਜਾਜਾਂ ਪਿੱਟੀਏ ਟੋਸ ਕਰਦੇ ਆ ਪ੍ਰੋਗਰਾਮ ਕਰਦੇ ਆ ਫੈਨਸ ਹੈਗੇ ਆ ਕਈ ਵਾਰ ਏਦਾਂ ਹੋ ਜਾਂਦਾ ਗਰੁੱਪ ਦੇ ਵਿੱਚ ਕਈ ਵਾਰੀ ਤੂੰ ਤੂੰ ਮੈਂ ਹੋ ਜਾਂਦੀ ਆ ਜਾਂ ਕਿਸੇ ਦਾ ਸਿਰ ਥੋੜ੍ਹਾ ਵੱਡਾ ਹੋ ਜਾਂਦਾ ਆ ਆਕੜ ਥੋੜ੍ਹੀ ਜਿਹੀ ਹੋ ਜਾਂਦੀ ਪਰ ਮੈਂ ਇੱਕ ਗੱਲ ਦੇਖੀ ਆ ਅਤੇ ਹਰ ਵੇਲੇ ਜਦੋਂ ਕੋਈ ਪ੍ਰੇਮੀ ਗਰੁੱਪ ਦੀ ਗੱਲ ਕਰਦਾ ਉਹ ਹਿੱਸਾ ਏ ਜੇ ਜੱਸੀ ਅਤੇ ਜੌਲ ਆ ਜਦੋਂ ਵੀ ਮਿਲਦੇ ਆ ਐਂ ਘੁੱਟ ਘੁੱਟਵੀਂ ਜੱਫੀ ਪਾ ਕੇ ਹੱਸ ਕੇ ਬੁਲਾਉਂਦੇ ਆ ਹੈਵ ਟੂ ਬੀ ਜੇ ਐਂਡ ਜੇ ਇਹ ਤੁਸੀਂ ਕਿਉਂ ਨਹੀਂ ਚੇਂਜ ਹੋਏ ਹੁਣ ਕਈ ਹੋਏ ਆ ਚੇਂਜ ਕੇ ਯੂ ਨੋ ਆਪਾਂ ਸਟਾਰ ਬਣ ਗਏ ਜਾਂ ਬਹੁਤ ਹੀ ਨਾ ਕਮਾਏ ਬਈ ਜਿਹੜੇ ਚੇਂਜ ਹੋਏ ਵੀ ਸੀ ਉਹ ਵੀ ਮੁੜ ਇਕੱਠੇ ਹੋ ਗਏ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਇਕੱਠੇ ਰਹਿਣਾ ਵਧੀਆ ਤੇ ਇਕੱਠ ਵਿੱਚ ਬਹੁਤ ਕਹਿੰਦੇ ਪਰਮਾਤਮਾ ਦੀ ਪਿਆਰ ਆ ਤੇ ਉਹਦੇ ਵਿੱਚ ਬਲ ਬਹੁਤ ਹੈ ਇਕੱਠ ਦੇ ਵਿੱਚ ਓਬਵੀਅਸਲੀ 1980s ਦੇ ਵਿੱਚ ਜਦੋਂ ਤੁਸੀਂ ਸ਼ੁਰੂ ਹੋਏ ਸੀ ਐਂਡ ਗੋਇੰਗ ਇਨਟੂ ਦ 90s ਐਸ ਵੈਲ ਤੁਹਾਡੇ ਬਹੁਤ ਵੱਡੇ ਵੱਡੇ ਫੈਨ ਹੁੰਦੇ ਸੀ ਲੋਡਸ ਆਫ ਫੈਨਸ ਤੇ ਉਸ ਟਾਈਮ ਦੇ ਵਿੱਚ ਯੂ ਨੋ ਚਾਹ ਹੁੰਦਾ ਸੀ ਕਿ ਆਪਾਂ ਸ਼ੋਪ ਨੂੰ ਜਾਈਏ ਨਵੀਂ ਪ੍ਰੇਮੀ ਗਰੁੱਪ ਦੀ ਕਸੈਟ ਲਈਏ ਕਦੋਂ ਆਉਣੀ ਆ ਨੈਕਸਟ ਵੀਕ ਆਉਣੀ ਆ ਸਾਨੂੰ ਅੱਜ ਹੀ ਚਾਹੀਦੀ ਆ ਕੰਪਨੀ ਵਾਲੇ ਕਿਉਂ ਨਹੀਂ ਰਿਲੀਜ਼ ਕਰਦੇ ਸਾਨੂੰ ਚਾਹੀਦੀ ਆ ਅਤੇ ਲੋਕ ਉਸ ਟਾਈਮ 'ਤੇ ਬਹੁਤ ਖਰੀਦਦੇ ਹੁੰਦੇ ਸੀ ਜੇ ਐਲ ਪੀ ਕਸੈਟ ਹੋਵੇ ਅਤੇ ਸੀ ਡੀ ਫਿਰ ਜਦੋਂ ਸ਼ੁਰੂ ਹੋਏ ਅਤੇ ਤੁਸੀਂ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਅੱਜ ਸਾਡੇ ਲਈ ਟੂ ਸ਼ੇਅਰ ਵਿਦ ਅਸ ਇਜ਼ ਦੀ ਪਲੈਟੀਨਮ ਡਿਸਕ ਆਫ ਪ੍ਰੇਮੀਜ ਰੈਕੋਰਡ ਬ੍ਰੇਕਰ ਹੋਰ ਵੀ ਸਾਨੂੰ ਕਈ ਕਰ ਪਈਆਂ ਪਰ ਕਾਲੀ ਕਾਲੀ ਤੁਹਾਨੂੰ ਪਤਾ ਹੀ ਆ ਸਟੂਡੀਓ ਆਉਣ ਤੇ ਪਤਾ ਕੀ ਆ ਉਸ ਟਾਈਮ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਵੇਚਣੀ ਪੈਂਦੀ ਸੀ ਕੈਸੈਟ ਹੁਣ ਤਾਂ ਓਬਵੀਅਸਲੀ ਟਾਈਮ ਚੇਂਜ ਹੋਇਆ ਪਤਾ ਕੀ ਗੱਲ ਇਹ ਇਦਾਂ ਨਹੀਂ ਵੀ ਜਾ ਕੇ 150 pound ਦੀ ਖਰੀਦ ਕੇ ਤੁਹਾਡੇ ਸਾਹਮਣੇ ਰੱਖਤੀ ਇਹ ਸੱਚੀ ਸਾਨੂੰ ਜੌਨ ਪੀਲ ਜਿਹੜੇ ਕਿ ਬੀਬੀਸੀ ਰੇਡੀਓ ਦੇ ਜਿਹੜੇ ਪ੍ਰੈਜੈਂਟਰ ਹੁੰਦੇ ਸੀਗੇ ਡੀਜੇ ਉਹਨਾਂ ਨੇ ਸਾਨੂੰ ਪ੍ਰੈਜੈਂਟ ਕੀਤੀ ਸੀ ਆਪਣੇ ਲੰਡਨ ਦੇ ਵਿੱਚ ਆ ਕੇ ਉਹ ਸਾਡਾ ਸ਼ੋਅ ਦੇਖਣ ਆਏ ਹੈਮਸ ਪਹਿਲੇ ਫਿਰ ਸਾਨੂੰ ਉਹਨਾਂ ਨੇ ਬੀਬੀਸੀ ਰੇਡੀਓ ਸਾਡੀ ਲਾਈਵ ਰਿਕਾਰਡਿੰਗ ਉਹਨਾਂ ਨੇ ਚਾਰ ਗੀਤ ਸਾਡੇ ਬੀਬੀਸੀ ਦੇ ਵਿੱਚ ਕਰਕੇ ਫਿਰ ਰਾਤ ਨੂੰ ਮਤਲਬ ਉਹਨਾਂ ਦੇ ਚੱਲਦੇ ਹੁੰਦੇ ਸੀ ਕਈ ਵਾਰੀ ਆਈ ਰਿਮੈਂਬਰ ਬਿਕਾਜ਼ ਕੇ ਨੂੰ ਪਤਾ ਨਹੀਂ ਹੋਣਾ ਚਾਹੀਦਾ ਜੌਨ ਪੀਲ ਸੀ ਬੀਬੀਸੀ ਰੇਡੀਓ 1 ਦੇ ਮੇਨ ਪ੍ਰੈਜ਼ੈਂਟਰ ਹੁੰਦੇ ਸੀ ਉਹਨਾਂ ਦਾ ਜੌਬ ਇਹ ਸੀ ਕਿ ਇਹ ਨਹੀਂ ਦੇਖਣਾ ਗੀਤ ਸੰਗੀਤ ਕਿਹੜੇ ਦੇਸ਼ ਤੋਂ ਆਇਆ ਕਿਹੜੀ ਬੋਲੀ ਦੇ ਵਿੱਚ ਆ ਜੇ ਮੈਨੂੰ ਚੰਗਾ ਲੱਗਦਾ ਮੈਂ ਲਾਉਣਾ ਸਪੋਰਟ ਕਰਨਾ ਅਤੇ ਪ੍ਰੇਮੀ ਗਰੁੱਪ ਆਈ ਥਿੰਕ ਵਾਸ ਦ ਫਸਟ ਭੰਗੜਾ ਬੈਂਡ ਟੂ ਬੀ ਸਪੋਰਟਡ ਬਾਈ ਦ ਨਾਓ ਲੇਟ ਗ੍ਰੇਟ ਜੌਨ ਪੀਲ ਅਤੇ ਨਾਲੇ ਇੱਕ ਹੋਰ ਵਧੀਆ ਗੱਲ ਆ ਪ੍ਰੇਮੀ ਗਰੁੱਪ ਨੂੰ ਪਤਾ ਤੁਸੀਂ ਮੇਡ ਅ ਵੇਲ ਜਿਹੜਾ ਸਟੂਡੀਓ ਜਿਹਦੇ ਵਿੱਚ ਬੀਟਲਸ ਤੋਂ ਲੈ ਕੇ ਜੋਰਜ ਮਾਈਕਲ ਤੱਕ ਟੇਕ ਦੈਟ ਉਹਨਾਂ ਨੇ ਸਾਰਾ ਉੱਥੇ ਪਰਫੋਰਮ ਕੀਤਾ ਆ ਪ੍ਰੇਮੀ ਗਰੁੱਪ ਆਈ ਥਿੰਕ ਸਟਿਲ ਦ ਫਸਟ ਭੰਗੜਾ ਬੈਂਡ ਟੂ ਪਰਫੋਰਮ ਮੇਡ ਅ ਵੇਲ ਉਹ ਜਦੋਂ ਤੁਸੀਂ ਦੂਰ ਤੁਹਾਨੂੰ ਪਤਾ ਲੱਗਾ ਕਿ ਯਾਰ ਆਪਾਂ ਬੀਬੀਸੀ 1 'ਤੇ ਜਾ ਰਹੇ ਹਾਂ ਰੇਡੀਓ 1 'ਤੇ ਜਾ ਰਹੇ ਹਾਂ ਆਪਾਂ ਮੇਡ ਅ ਵੇਲ ਸੈਸ਼ਨ ਕਰਨਾ ਇਹ ਤੁਹਾਡੇ ਮਾਇੰਡ ਦੇ ਵਿੱਚ ਕੀ ਹੋ ਰਿਹਾ ਸੀ ਵੀ ਵਰ ਐਕਸਾਈਟਡ ਕਿਉਂਕਿ ਇਦਾਂ ਚਾਂਸ ਕਿਤੇ ਬਾਰ ਬਾਰ ਤਾਂ ਮਿਲਦੇ ਨਹੀਂ ਤੁਹਾਨੂੰ ਨਾਲੇ ਉਸ ਵੇਲੇ ਸਾਡੇ ਲਈ ਤਾਂ ਬਹੁਤ ਵੱਡੀ ਚੀਜ਼ ਸੀਗੀ ਉਹ ਸਾਰਾ ਨਾਲੇ ਲਾਈਵ ਸੀਗਾ ਲਾਈਵ ਕੀਤਾ ਸੀ ਉਹਨਾਂ ਨੇ ਸਾਰੀ ਲਾਈਵ ਰਿਕਾਰਡਿੰਗ ਬੀਬੀਸੀ ਉੱਤੇ ਮਤਲਬ ਨਾ ਉਹ ਕਿਉਂਕਿ ਨਾਲੇ ਹੈ ਵੀ ਪਹਿਲੀ ਵਾਰੀ ਉਹ ਗੋਰਿਆਂ ਦਾ ਸੀਗਾ ਸਾਰਾ ਸਿਸਟਮ ਜਾਂ ਕਿੱਦਾਂ ਵੀ ਉਹਦੇ ਨਾਲ ਮਤਲਬ ਸਾਨੂੰ ਬੜਾ ਰਿਲੈਕਸ ਹੋ ਕੇ ਅਸੀਂ ਸਾਰਾ ਕੀਤਾ ਕੋਈ ਸਾਨੂੰ ਪ੍ਰੋਬਲਮ ਨਹੀਂ ਪਈ ਉਹਨਾਂ ਨੇ ਬੜੇ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਵਨ ਥਿੰਗ ਆਈ ਆਲਵੇਜ਼ ਵਾਂਟਡ ਟੂ ਆਸਕ ਓਬਵੀਅਸਲੀ
Joel is recognized for, you know, and stage at top and a microphone hai da kamon aaya lakh halon aaya do galla hai ek microphone kinne tode hai zindagi de vich te dusri gall hai tusi kadi socha ke main bhi maala ja idda idda kara ਕਿ ਟ੍ਰਾਈ ਕੀਤਾ ਹੈ ਮਾਈਕ ਕਮਾਉਣਾ ਨਹੀਂ ਮੈਂ ਕੀਤਾ ਕਿ ਟ੍ਰਾਈ ਤਾਂ ਵੈਸੇ ਹੀ ਹੋਇਆ ਇਦਾਂ ਤਾਂ ਨਹੀਂ ਗੱਲ ਉਹ ਫਿਰ ਇਦਾਂ ਨਾ ਸਾਡਾ ਫਿਰ ਆਪਸ ਵਿੱਚ ਕਲੈਸ਼ ਹੋ ਜਾਂਦਾ ਥੋੜਾ ਮੇਰੇ ਤੋਂ ਪਿੱਛੇ ਰਹਿੰਦਾ ਮਾਈਕ ਨਾ ਮੁਦੇ ਆ ਮੇਰੇ ਸੱਟ ਵੀ ਲੱਗੀ ਜੀ ਮੈਂ ਤੇ ਸੋਚਿਆ ਤਬਾ ਹੋ ਗਿਆ ਜੋਲ ਤੋਂ ਕਰੀ ਆ ਮੈਂ ਠੀਕ ਹੈ ਨਹੀਂ ਤਾਂ ਸਾਨੂੰ ਹੋਈ ਸੀ ਇੱਕ ਵਾਰੀ ਆਪਾਂ ਗਾਉਂਦੇ ਸੀ ਇੱਕ ਤਾਂ ਤੇ ਉਦੋਂ ਦੂਜਾ ਮਾਈਕ ਹੁੰਦੇ ਸੀ ਨਾ ਤਾਰ ਲੱਗੀ ਹੁੰਦੀ ਸੀ ਉਹ ਤਾਰਵੇਂ ਹੱਥ 'ਚ ਰਹਿ ਗਈ ਮਾਈਕ ਜਾ ਕੇ ਸਿਰ 'ਚ ਲੱਗਾ ਜਾ ਕੇ ਮੋਹਰੇ वापस देख के कहते यार गल ग्रुप सद लिया गंद पा के चले गए ये कह हां बी कल मुंडे आए बट कटते और सानू इन्ना प्यार करते लोग बाद जफ्फियां पा पा के फोटो खिचाणियां साडे नाल ऑटोग्राफ न्याणे निक्के निक्के ने साडे को लैने तो यही साडी जिंदगी कहिंदे उन्हां ने एडी वड्डी सानू प्यार दे दे के सानू इन्नू उच्चे कर दिता दो चीज़ा चाहिए एक चाहिए जोल साहब का हेडबैंड जो बड़े प्यार दे नाल पा के आए मैं तो कहना नहीं हेडबैंड ही मेरा कंप्यूटर है जी अगर सत्ते नाल लाया तो मैं सची इदा लगता मैं गाने भुल जांदे ते दूसरी गल आ मैनू जस्सी दी तुम्बी चाहिए है जरूर जी तुम्बी भी आ गई हेडबैंड भी आ गया प्रेमी ग्रुप आ गए तो जे तुसीं इक छोटा जिहा गीत साडे लई कर दोगे तुम्बी ते बिकॉज I think Premi Group were one of the first bands to record Tumbi te stage te Tumbi bajona kyunki us time jadon 80s de vich group shuru hoye si zyada hunda si keyboard wala hunda te jehde folk instruments ghat hunde si Tumbi da bilkul kisi nu bajani aundi nahi si England vich ek sade dost hunde Pali Chima jehda ki zyada hunda siga odon baad phir Jassi unna ne odo overtake kar li te unna ne phir gaana chhadta siga ते बस परमात्मा दी मेहर है जी तुम्बी दे बट कड्डी जांदे सी तुम्बे जिद्दां मतलब तुसी टीना टीना सुनया उस विच इह सी बजाई सी इह तुम्बी इह मेरा ख्याल पुरानी 20 साल पुरानी तुम्बी है ओरिजिनल तुम्बी है हां जी ओरिजिनल टीना और टीना वाली हां जी हां जी ते इही जिन्नी भी रिकॉर्डिंग्स होईयां जिथे भी बजी है इही बजी है वाह ते जिस तरह के तुहानू पता ही है के जदों बज्जे ढोल पंजाबी तां मुके ओदी दूर दूर तक पैंदी है इसे तरह जस्सी प्रेमी की तुम्बी अज सब नचलो नचलो कहती है और जो भी सुने जिते बैठा जरूर नचे क्योंकि क्रिसमस का टाइम है खुशी का टाइम है नवे साल का टाइम है सुनो मैं थोड़े सामने तुम्बी के दो बोल पेश कर जरूर ਭੰਗੜੇ ਵਾਲੇ ਭੰਗੜਾ ਪਾਉਂਦੇ ਭੰਗੜੇ ਵਾਲੇ ਭੰਗੜਾ ਪਾਉਂਦੇ ਟੋਲੀ ਟੋਲ ਵਜਾਵੇ ਨੀ ਤੇਰਾ ਵੇਖ ਪ੍ਰੇਮੀ ਤੁੰਬੀ ਉੱਤੇ ਗਾਵੇ ਨੀ ਤੇਰਾ ਵੇਖ ਪ੍ਰੇਮੀ ਤੁੰਬੀ ਉੱਤੇ ਗਾਵੇ ਨੀ ਤੇਰਾ ਵੇਖ ਪ੍ਰੇਮੀ ਵੈਰੀ ਨਾਈਸ ਜੇ ਕੋਈ ਇੱਕ ਐਲਬਮ ਹੋਵੇ ਪ੍ਰੇਮੀ ਗਰੁੱਪ ਜੇ ਤੁਹਾਡੀ ਦਿਲ ਦੀ ਐਲਬਮ ਹੈ ਜਿੱਥੋਂ ਸਾਨੂੰ ਵੱਡੀ ਸਕਸੈਸ ਮਿਲੀ ਸੀ ਉਸ ਨੱਚਦੀ ਦੀ ਗੁੱਤ ਖੁੱਲ ਗਈ ਅਤੇ ਫਿਰ ਗਿੱਧਾ ਪਾ ਨਿੱਕੀ ਸਲਾਈਸ ਗੇਮ ਦੋ ਐਲਬਮਾਂ ਸਾਡੀ ਹਿਸਟਰੀ ਪ੍ਰੇਮੀ ਦੀ ਹਿਸਟਰੀ ਵਿੱਚ ਬਹੁਤ ਬਹੁਤ ਕਾਮਯਾਬ ਰਹੀਆਂ ਬਾਕੀ ਵੀ ਸਾਡੇ ਇੱਕੋ ਹੀ ਆ ਪਰ ਮਿਹਰਬਾਨੀ ਸਾਡੇ ਦੋਸਤਾਂ ਦੀ ਸਾਡੇ ਕੰਪਨੀ ਵਾਲਿਆਂ ਦੀ ਮੂਵੀ ਬਾਕਸ ਵਾਲਿਆਂ ਦੀ ਮਾਟੀ ਟੋਲ ਵਾਲਿਆਂ ਦੀ ਜਿਨ੍ਹਾਂ ਨੇ ਕਿ ਇਹ ਸਾਰੇ ਇਕੱਠੇ ਕਰਕੇ 48 ਸੌਂਗ ਤੁਹਾਡੇ ਸਾਹਮਣੇ ਹੁਣ ਲੈ ਆਉਂਦੇ ਆ ਜਾ ਕੇ ਆਪਣੀ ਸ਼ੋਪਾਂ 'ਤੇ ਲਓ ਜਾਂ ਆਈਟਿਊਨ ਤੋਂ ਤੁਸੀਂ ਖਰੀਦ ਸਕਦੇ ਹਾਂਜੀ ਬਿਲਕੁਲ ਮਤਲਬ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਕਿ
ਸਾਰੀਆਂ ਐਲਬਮਾਂ ਠੀਕ ਹੁੰਦੀਆਂ ਕਿਉਂਕਿ ਅਸੀਂ ਤਾਂ ਉਸੇ ਤਰੀਕੇ ਨਾਲ ਮਿਹਨਤ ਕਰਕੇ ਬਣਾਉਂਦੇ ਹਾਂ, ਪਰ ਉਹ ਹੁਣ ਬਾਹਰ ਕਿਸ ਤਰ੍ਹਾਂ ਕੋਈ ਪਸੰਦ ਕਰਦਾ ਉਹਨੂੰ, ਕੋਈ ਜਿਸ ਤਰ੍ਹਾਂ ਕਹਿੰਦੇ ਹੁੰਦੇ ਕਿ ਕੋਈ ਕੋਈ ਗੀਤ ਪਸੰਦ ਕਰਦਾ, ਕੋਈ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ। ਥੈਂਕ ਯੂ ਜੀ ਬਹੁਤ ਬਹੁਤ ਤੁਸੀਂ ਟਾਈਮ ਕੱਢ ਕੇ ਆਇਆ। ਮੈਨੂੰ ਪਤਾ ਇਸ ਵੇਲੇ ਸਨੋ ਸਨੋ ਪਈ ਆ, ਤੁਸੀਂ ਲੰਡਨ ਤੋਂ ਯੂਨੋ ਬੜੀ ਯੂਨੋ ਬੜੇ ਪਿਆਰ ਦੇ ਨਾਲ ਆਏ ਆ, ਅਤੇ ਜਾਣ ਤੋਂ ਪਹਿਲਾਂ ਜੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਆਪਣੇ ਫੈਨਸ ਨੂੰ? ਇੱਕ ਤਾਂ ਮੈਂ ਕਮਰਾਨ ਹੋਣਾ ਦਾ ਫੇਵਰਿਟ ਗੀਤ ਸੁਣਾਉਣਾ ਚਾਹੁੰਦਾ ਜਿਨ੍ਹਾਂ ਨੇ ਕਿਸਾਨ ਫਰਮਾਇਸ਼ ਕੀਤੀ ਕਿ ਗੀਤ ਜ਼ਰੂਰ ਸੁਣਾਓ, ਚਾਹੇ ਇੱਕ ਲੈਣੀ ਸੁਣਾ ਦਿਓ। ਉਹ ਗੀਤ ਸੁਣਾਉਣਾ ਚਾਹੁੰਦਾ ਜੋ ਕਿ ਮੈਨੂੰ ਇੰਡੀਆ ਤੋਂ ਫੇਸਬੁੱਕ 'ਤੇ ਬਹੁਤ ਮੈਸੇਜ ਆਉਂਦੇ ਕਿ ਉਹ ਗੀਤ ਕਿੱਥੇ ਤੁਹਾਡਾ, ਉਹ ਸਾਨੂੰ ਮਿਲਦਾ ਨੀਗਾ। ਲਓ ਤੁਸੀਂ ਹੁਣ ਖਰੀਦ ਸਕਦੇ ਜਿੱਥੇ ਮਰਜ਼ੀ, ਉਹ ਗੀਤ ਸੁਣਾਉਣ ਲੱਗੇ। ਜਦੋਂ ਦੀ ਸਾਡੀ ਅੱਖ ਮਿੱਤਰੋ ਜੁਲੀ ਦੇ ਨਾਲ ਲੜ ਗਈ ਹੈ, ਜਰਾਂ ਦੀ ਗੁੱਡੀ ਚੜ ਗਈ ਹੈ, ਜਰਾਂ ਦੀ ਗੁੱਡੀ ਚੜ ਗਈ ਹੈ। ਜਦੋਂ ਦੀ ਸਾਡੀ ਅੱਖ ਮਿੱਤਰੋ ਜੁਲੀ ਦੇ ਨਾਲ ਲੜ ਗਈ ਹੈ, ਜਰਾਂ ਦੀ ਗੁੱਡੀ ਚੜ ਗਈ ਹੈ, ਜਰਾਂ ਦੀ ਗੁੱਡੀ ਚੜ ਗਈ ਹੈ। ਜਦੋਂ ਦੀ ਸਾਡੀ ਅੱਖ ਮਿੱਤਰੋ ਸਾਡੇ ਪਿਆਰ ਦੀਆਂ ਤੇ ਗੱਲਾਂ ਕਰ ਕਰ ਲੋਕੀ ਕਰਦੇ ਨੇ, ਮੇਰੀ ਜੁਲੀ ਸਭ ਤੋਂ ਸੋਹਣੀ ਦੇਖ ਕੇ ਹੋ ਕੇ ਪਰਦੇ ਨੇ। ਉਹ ਸਾਡੇ ਵੱਲ ਤੱਕ ਤੱਕ ਕੇ ਉਹ ਦੁਨੀਆ ਸੜ ਗਈ ਹੈ, ਯਾਰਾਂ ਦੀ ਗੁੱਡੀ ਚੜ ਗਈ ਹੈ, ਯਾਰਾਂ ਦੀ ਗੁੱਡੀ ਚੜ ਗਈ ਹੈ। ਜਦੋਂ ਦੀ ਸਾਡੀ ਅੱਖ ਮਿੱਤਰੋ ਉਹ ਹੱਥ ਵਿੱਚ ਫੜ ਵਿਸਕੀ ਦੀ ਬੋਤਲ ਮਾਰੇ ਜੱਟ ਲਲਕਾਰੇ, ਹੱਥ ਵਿੱਚ ਫੜ ਵਿਸਕੀ ਦੀ ਬੋਤਲ ਮਾਰੇ ਜੱਟ ਲਲਕਾਰੇ, ਰੁਕਦਾ ਨਹੀਂ ਹੁਣ ਕਿਸੇ ਦੇ ਰੋਕੇ ਸਾਰੇ, ਫੜ ਫੜ ਹਾਰੇ ਨੀ ਅੱਜ ਤਾਂ ਪੀਣੀਆਂ, ਰੋਕੀ ਨਾ ਮਟਿਆਰੇ ਨੀ ਅੱਜ ਤਾਂ ਪੀਣੀਆਂ, ਕ੍ਰਿਸਮਸ ਆ ਮਟਿਆਰੇ। ਇੱਕ ਹੋਰ ਵੀ ਆ ਕੇ ਸਾਡਾ ਨਵਾਂ ਗੀਤ ਜੋ ਪਫਸੀ ਹੈਪਰ ਦੀ ਐਲਬਮ ਵਿੱਚ ਆਇਆ, ਉਹ ਵੀ ਸਾਰੇ ਤੁਸੀਂ ਜਾ ਕੇ ਖਰੀਦ ਸਕਦੇ ਹੋ। ਉਹ ਗੀਤ ਏਦਾਂ ਜਾਂਦਾ ਕਿ ਆ ਜਾਓ ਸਾਰੇ ਟੱਪੀਏ ਅੱਗ ਵਾਂਗੂ ਮੱਚੀਏ, ਆ ਜਾਓ ਸਾਰੇ ਨੱਪੀਏ ਅੱਗ ਵਾਂਗੂ ਮੱਚੀਏ, ਦਿਨ ਖੁਸ਼ੀਆਂ ਦਾ ਆਇਆ, ਆ ਜਾਓ ਸਾਰੇ ਨੱਚੀਏ, ਦਿਨ ਖੁਸ਼ੀਆਂ ਦਾ ਆਇਆ, ਆ ਜਾਓ ਸਾਰੇ ਨੱਚੀਏ। ਨੱਕ ਵਿੱਚ ਲੌਂਗ ਪਿਆ ਮਾਰ ਲਈ ਸ਼ਿਕਾਰੇ, ਨੱਕ ਵਿੱਚ ਲੌਂਗ ਪਿਆ ਮਾਰ ਲਈ ਸ਼ਿਕਾਰੇ, ਹੋਏ ਮਸ਼ਹੂਰ ਉਹਦੇ ਲੱਕ ਦੇ ਹੁਲਾਰੇ, ਹੋਏ ਮਸ਼ਹੂਰ ਉਹਦੇ ਲੱਕ ਦੇ ਹੁਲਾਰੇ, ਉਹ ਤਾਂ ਗਿੱਧਿਆਂ ਦੀ ਰਾਣੀ ਅਖਵਾਉਂਦੀ। ਕੁੜੀ ਯਾਰ ਚੱਕ